ਗੱਲ ਹੁਣ ਤਖਤ ਸਾਹਿਬ ਦੇ ਜਿਹੜੇ ਪੰਜ ਪਿਆਰੇ ਸਾਹਿਬਾਨ ਨੇ ਇਹ ਸਟੈਂਡ ਨਹੀਂ ਲੈ ਸਕਦੇ। ਸਟੈਂਡ ਦੀ ਗੱਲ ਕਰਦੇ ਹੋ ਉਹਨਾਂ ਉੱਪਰ ਪ੍ਰੈਸ਼ਰ ਪੰਜ ਪਿਆਰਿਆਂ ਦੇ ਉੱਤੇ ਪੰਜ ਪਿਆਰਿਆਂ ਨੂੰ ਚਿੱਠੀਆਂ ਤਾਂ ਕੱਢਤੀਆਂ ਤੁਸੀਂ ਇਹ ਕੰਮ 'ਚ ਦਖਲ ਨਹੀਂ ਦੇਣਾ ਉਹ ਪਰ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰੱਖਿਆ ਪੰਜਾਂ ਪਿਆਰਿਆਂ ਦੇ ਸਿਰ ਤੇ ਹੱਥ ਪੰਜਾਂ ਪਿਆਰਿਆਂ ਨੇ ਸਟੈਂਡ ਲੈ ਲਿਆ ਜੀ ਕਹਿੰਦੇ ਅਸੀਂ ਨਹੀਂ ਜੰਦ ਮੰਨਦੇ ਦਿੱਲੀ ਨੂੰ ਤਖਤ ਸਾਹਿਬ ਤੇ ਫੈਸਲਾ ਹੋਏਗਾ। ਪੰਜ ਪਿਆਰੇ ਸਾਹਿਬਾਨਾਂ ਨੇ ਡੇਟ ਰੱਖ ਦਿੱਤੀ ਏ ਔਰ ਤੈਅ ਕਰ ਦਿੱਤਾ ਏ ਵੀ ਤਖਤ ਦਾ ਮਾਮਲਾ ਤਖਤ ਦੇ ਉੱਤੇ ਹੋਵੇਗਾ। ਇਹ ਭੇਡਾਂ ਜਿਹੜੀਆਂ ਕਾਲੀਆਂ ਨੇ ਆਪ ਲਿਬੜੀਆਂ ਹੋਈਆਂ ਨੇ ਇਹ ਦੂਜੇ ਨੂੰ ਕਿਤੇ ਲਿਬੇੜਨ ਦੀ ਗਿਆ ਕਰਨਗੀਆਂ ਕੋਸ਼ਿਸ਼ ਕਰਨਗੀਆਂ ਮਰਿਆਦਾ ਫਿਰ ਭੰਗ ਕਰਨ ਦੀ ਕੋਸ਼ਿਸ਼ ਕਰਨਗੀਆਂ ਉਹਨਾਂ ਪੰਜਾਂ ਪਿਆਰਿਆਂ ਦੀ ਪਿੱਠ ਤੇ ਖੜਨਾ ਇਸ ਲਈ ਸਿੱਖ ਕੌਮ ਦਾ ਫਰਜ਼ ਹੈਗਾ ਏ। ਪਰ ਇੱਕ ਹਿੱਤ ਸਾਹਿਬ ਨੂੰ ਗੱਲ ਚਾਹੀਦੀ ਹੈ ਵੀ ਭਾਈ ਅਖਬਾਰੀ ਗੱਲਾਂ ਤੇ ਜ਼ਬਾਨੀ ਗੱਲਾਂ ਤੇ ਲਿਖਤੀ ਗੱਲਾਂ 'ਚ ਥੋੜ੍ਹਾ ਜਿਹਾ ਕੰਮ ਛੱਡ ਦਿਓ। ਇੱਕ ਬੰਨੇ 'ਤੇ ਤੁਸੀਂ ਇਹ ਕਹਿਣ ਡਏ ਹੋ ਵੀ ਮੈਨੂੰ ਕੋਈ ਇਤਰਾਜ਼ ਨਹੀਂ ਗਾ ਪੰਜ ਪਿਆਰਿਆਂ ਦੇ ਉੱਤੇ ਹੋ ਜਾਣ ਆਹ ਦੂਜੀ 'ਚ ਸੈਕਟਰੀ ਨੂੰ ਹੁਕਮ ਦੇਣ ਡਿਆ ਵੀ ਚਿੱਠੀ ਲਿਖ ਗੱਲ ਕਿਵੇਂ ਮੁੱਕੇਗੀ ਕਿਵੇਂ ਇਹ ਦੱਸੋ। ਮੁੱਕੇਗੀ ਗੱਲ ਇਹ ਹੈ ਕਿ ਗੌਰ ਤਖਤ ਦਾ ਜਥੇਦਾਰ ਨਹੀਂ ਰਹੇਗਾ ਕੋਈ ਲੱਗ ਜੇ ਇਹ ਨਹੀਂ ਰਹੇਗਾ ਨਹੀਂ ਰਹੇਗਾ ਨਹੀਂ ਰਹੇਗਾ बैठे ने नौ नौ दस दस गनमैन रखे ने बड़ा हंकार हुंदा तीन चीजां दा एक पैसा एक कुर्सी और एक हथियार और पैसे वाला पैसे वाले तो अंती कोई नहीं किहदे कोल ਗੌਰ ਦੇ ਕੋਲੇ ਹੋਰ ਕਿਹਦੇ ਦੀ ਗੱਲ ਕਰਨ ਲੈ ਜੇ ਉਹਨਾਂ ਹੁਣ ਪੰਜ ਪਿਆਰੇ ਸਾਹਿਬਾਨ ਜੀ ਕਿਉਂਕਿ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਜਿਨ੍ਹਾਂ ਦੇ ਵਿੱਚੋਂ ਮੈਂ ਤੇ ਬੜੇ ਸਤਿਕਾਰ ਨਾਲ ਨਾਮ ਲੈਣਾ ਵਾਂ ਉਹਨਾਂ ਨੇ ਉਸ ਸਮੇਂ ਸਟੈਂਡ ਲਿਆ ਸੀ ਜਦੋਂ ਕੌਮ ਬੜੀ ਵੱਡੀ ਦੁਚਿੱਤੀ ਵਿੱਚ ਸੀ ਤੇ ਉਹਨਾਂ ਨੇ ਜ਼ਬਰਦਸਤ ਸਟੈਂਡ ਲਿਆ ਭਾਵਾਂ ਕਿ ਨੌਕਰੀਆਂ ਵੀ ਛੱਡਣੀਆਂ ਪੈ ਗਈਆਂ ਰਿਜ਼ਲਟ ਇਹ ਨਿਕਲਿਆ ਵੀ ਪੰਜ ਪਿਆਰੇ ਸਾਹਿਬਾਨਾਂ ਦਾ ਕੌਮ ਨੇ ਇੰਨਾ ਕੁ ਸਨਮਾਨ ਕੀਤਾ ਜਿੱਥੇ ਪ੍ਰੋਗਰਾਮ ਹੁੰਦਾ ਸੀ ਕਹਿੰਦੇ ਜੀ ਪੰਜ ਪਿਆਰੇ ਸਾਹਿਬਾਨ ਹੋਣੇ ਚਾਹੀਦੇ ਨੇ ਉਹਨਾਂ ਨੇ ਉਸ ਵੇਲੇ ਕੌਮ ਜਦੋਂ ਇੱਕ ਦੁਬਧਾ ਵਿੱਚ ਸੀ ਉਹਦੇ ਵਿੱਚੋਂ ਬਾਹਰ ਕੱਢਿਆ ਸਟੈਂਡ ਲਿਆ ਕੀ ਗੱਲ ਹੁਣ ਤਖਤ ਸਾਹਿਬ ਦੇ ਜਿਹੜੇ ਪੰਜ ਪਿਆਰੇ ਸਾਹਿਬਾਨ ਨੇ ਇਹ ਸਟੈਂਡ ਨਹੀਂ ਲੈ ਸਕਦੇ। ਸਟੈਂਡ ਦੀ ਗੱਲ ਕਰਦੇ ਹੋ ਉਹਨਾਂ ਉੱਪਰ ਪ੍ਰੈਸ਼ਰ ਪੰਜ ਪਿਆਰਿਆਂ ਦੇ ਉੱਤੇ ਪੰਜ ਪਿਆਰਿਆਂ ਨੂੰ ਚਿੱਠੀਆਂ ਤਾਂ ਕੱਢਤੀਆਂ ਤੁਸੀਂ ਇਹ ਕੰਮ 'ਚ ਦਖਲ ਨਹੀਂ ਦੇਣਾ ਉਹ ਪਰ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰੱਖਿਆ ਪੰਜਾਂ ਪਿਆਰਿਆਂ ਦੇ ਸਿਰ ਤੇ ਹੱਥ ਪੰਜਾਂ ਪਿਆਰਿਆਂ ਨੇ ਸਟੈਂਡ ਲੈ ਲਿਆ ਜੀ ਕਹਿੰਦੇ ਅਸੀਂ ਨਹੀਂ ਜੰਦ ਮੰਨਦੇ ਦਿੱਲੀ ਨੂੰ ਤਖਤ ਸਾਹਿਬ ਤੇ ਫੈਸਲਾ ਹੋਏਗਾ। ਪੰਜ ਪਿਆਰੇ ਸਾਹਿਬਾਨਾਂ ਨੇ ਪੰਜ ਪਿਆਰੇ ਸਾਹਿਬਾਨਾਂ ਨੇ ਡੇਟ ਰੱਖ ਦਿੱਤੀ ਏ ਔਰ ਤੈਅ ਕਰ ਦਿੱਤਾ ਏ ਵੀ ਤਖਤ ਦਾ ਮਾਮਲਾ ਤਖਤ ਦੇ ਉੱਤੇ ਹੋਵੇਗਾ। ਤੁਸੀਂ ਪੰਜ ਪਿਆਰਿਆਂ ਨੂੰ ਪੁੱਛੋ ਅਸੀਂ ਤੇ ਕੱਲ੍ਹ ਦੇ ਇਸ ਗੱਲ ਦੇ ਖੁਸ਼ੀ ਦੇ ਵਿੱਚ ਜਿਹੜੇ ਹੈਗੇ ਆ ਪ੍ਰਸ਼ਾਦ ਕਰਾਉਣ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੀ ਲੱਜ ਰੱਖ ਲਈਏ ਸਾਡੀ ਲੱਜ ਰੱਖ ਲਈਏ ਕਿ ਤੂੰ ਅਸੀਂ ਕਹਿੰਦੇ ਸੀ ਸਿੱਖ ਮਰਿਆਦਾ ਚਾਹੀਦੀ ਏ ਪਰ ਤੂੰ ਸਿੱਖ ਮਰਿਆਦਾ ਆਪ ਬਹਾਲ ਉਹਨਾਂ ਦੇ ਸਿਰ ਤੇ ਰੱਖੇ ਔਰ ਮੈਂ ਸਿੱਖ ਸੰਗਤ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਤਾਂ ਮਾਧਿਅਮ ਦੇ ਰਾਹੀਂ ਪਹੁੰਚਾਉਣੀ ਚਾਹੁੰਦਾ ਕਿ ਭਾਈ ਉਹਨਾਂ ਪੰਜਾਂ ਪਿਆਰਿਆਂ ਦੇ ਸਿਰ ਤੇ ਨਾਲ ਹੱਥ ਰੱਖੋ। ਕਿਉਂ ਇਹ ਭੇਡਾਂ ਜਿਹੜੀਆਂ ਕਾਲੀਆਂ ਨੇ ਆਪ ਲਿਬੜੀਆਂ ਹੋਈਆਂ ਨੇ ਇਹ ਦੂਜੇ ਨੂੰ ਕਿਤੇ ਲਿਬੇੜਨ ਦੀ ਗਿਆਂ ਕਰਨਗੀਆਂ ਕੋਸ਼ਿਸ਼ ਕਰਨਗੀਆਂ ਮਰਿਆਦਾ ਫਿਰ ਭੰਗ ਕਰਨ ਦੀ ਕੋਸ਼ਿਸ਼ ਕਰਨਗੀਆਂ ਉਹਨਾਂ ਪੰਜਾਂ ਪਿਆਰਿਆਂ ਦੀ ਪਿੱਠ ਤੇ ਖੜਨਾ ਇਸ ਲਈ ਸਿੱਖ ਕੌਮ ਦਾ ਫਰਜ਼ ਹੈਗਾ ਏ। ਵੀ ਉਹਨਾਂ ਨੇ ਸਟੈਂਡ ਲਿਆ ਕਹਿੰਦੇ ਕਿਤੇ ਇਹ ਸਟੈਂਡ ਨਹੀਂ ਲੈ ਰਿਹਾ। ਕਿੰਨੀ ਤਰੀਕ ਨੂੰ ਤੁਹਾਨੂੰ ਸਦਿਆ ਇਸ 24 ਦਾ ਵਾ ਪਰ 24 ਤੋਂ ਗਾਂ ਉਹਨਾਂ ਅੱਗੇ ਡੇਟ ਪਾਈ ਆ। ਅੱਛਾ 24 ਤੋਂ ਅੱਗੇ ਡੇਟ 24 ਤੋਂ ਅੱਗੇ ਡੇਟ ਪਾਈ ਆ। ਕੀ ਪੰਜ ਪਿਆਰੇ ਸਾਹਿਬ ਤੁਹਾਨੂੰ ਆਸ ਹੈ? ਵੈਸੇ ਦੇਖੋ ਮੈਂ ਪੰਜਾਂ ਪਿਆਰਿਆਂ 'ਤੇ ਕਿੰਤੋਂ ਨਹੀਂ ਕਰਦਾ, ਮੈਂ ਫਿਰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਸਾਡੇ ਲਈ ਬੜੇ ਸਤਿਕਾਰਯੋਗ ਨੇ। ਸੱਚੀ ਮੁੱਚੀ ਅੰਦਰ ਆਸ ਹੈ ਵੀ ਉਦਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇਗਾ। ਆਸ ਦੀ ਗੱਲ ਕਰਦੇ ਹੋ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੰਜ ਪਿਆਰੇ ਹੋਣ ਅਤੇ ਗੁਰੂ ਪਾਤਸ਼ਾਹ ਦੇ ਸਥਾਨ 'ਤੇ ਬੈਠੇ ਹੋਣ, ਮੂੰਹ 'ਚੋਂ ਪਾਤਸ਼ਾਹ ਨਿਕਲਣ ਨੂੰ ਕੁਛ ਦਿੰਦਾ? ਸਾਨੂੰ ਪੰਜ ਪਿਆਰਿਆਂ 'ਤੇ ਨਹੀਂ ਨਾ, ਅਤੇ ਸਾਨੂੰ ਦੁਨੀਆ ਦੀ ਕਿਸੇ ਤਾਕਤ 'ਤੇ ਵੀ ਨਹੀਂ ਹੋ ਸਕਦਾ। ਜਿੱਦਣ ਪੰਜ ਪਿਆਰੇ ਬਹਿ ਜਾਂਦੇ ਉੱਥੇ ਪਾਤਸ਼ਾਹ ਆਪ ਵਰਤਦਾ ਏ, ਆਪ ਖੇਡ ਵਰਤਾਉਂਦਾ ਏ, ਉੱਥੇ ਕਿਸੇ ਆਦਮੀ ਦੀ ਨਹੀਂ ਚੱਲਦੀ। ਉੱਥੇ ਗੌਰ ਛੱਡ ਕੇ ਗੌਰ ਦਾ ਬਾਪੂ ਵੀ ਕਿਉਂ ਨਾ ਹੋਵੇ, ਕਿਸੇ ਦੀ ਨਹੀਂ ਚੱਲਣੀ। ਉੱਥੇ ਸਿਰਫ ਪਾਤਸ਼ਾਹ ਦੀ ਖੇਡ ਚੱਲਣੀ ਏ, ਪਾਤਸ਼ਾਹ ਦਾ ਤਖਤ ਏ, ਪਾਤਸ਼ਾਹ ਦੇ ਪੰਜ ਪਿਆਰੇ ਨੇ ਔਰ ਜੋ ਪੰਜ ਪਿਆਰੇ ਹੁਕਮ ਕਰਨਗੇ ਸੀਸ ਨਵਾ ਕੇ ਅੱਗੇ ਕਰਾਂਗੇ। ਠੀਕ ਹੈ ਜੀ, ਜੋ ਕੁਝ ਤੁਸੀਂ ਕੀਤਾ। ਹਿੱਤ ਸਾਹਿਬ ਨਾਲ ਹੋਈ ਸੀ ਗੱਲ ਅਵਤਾਰ ਸਿੰਘ ਹਿੱਤ ਨਾਲ, ਉਹ ਕਹਿੰਦੇ ਕਿ ਦੇਖੋ ਇਹਨਾਂ ਨੇ ਦਿੱਲੀ ਕਮੇਟੀ ਕੋਲ ਹਾਜ਼ਰ ਨਹੀਂ ਹੋਏ। ਨਹੀਂ ਹੋਣਾ, ਠੀਕ ਹੈ ਜੀ। ਮੈਂ ਕਿਹਾ ਵੀ ਨਹੀਂ ਹੋਣਾ, ਉਹਨਾਂ ਨੇ ਜੋ ਵੀਡੀਓ ਦੇ ਵਿੱਚ ਕਿਹਾ। ਕਹਿੰਦੇ ਵੀ ਹੁਣ ਪੰਜ ਪਿਆਰੇ ਸਾਹਿਬਾਨਾਂ ਕੋਲ ਇਹਨਾਂ ਨੇ ਕਿਹਾ, ਕਹਿੰਦੇ ਮੈਨੂੰ ਕੋਈ ਦਿੱਕਤ ਨਹੀਂ, ਉੱਥੇ ਹਾਜ਼ਰ ਹੋ ਜਾਣ। ਕਹਿੰਦੇ ਮੈਂ ਤਾਂ ਨਾਲ ਹਾਂ,
पर एक हित साहब नूं गल चाहीदी है वी भाई अखबारी गल्लां ते जबानी गल्लां ते लिखती गल्लां थोड़ा जिहा कम छड्ड दिओ। एक बन्ने ते तुसीं इह कहण डए हो वी मैनूं कोई इतराज़ नहीं गा पंज प्यारां उत्ते हो जाण, आ दूजी च सैकटरी नूं हुकम देण डए वी चिट्ठी लिख है, दूजा सैकटरी नूं दे वी उह नाल उहने लिखिआ कि प्रधान साहब दा हुकम आया, पढ़िआ तुसीं प्रधान साहब दे हुकम अनुसार, भा प्रधान साहब दे हुकम अनुसार तुसीं प्यारियां ने इस काम विच दखल नहीं देना। एक बने तो उन्होंने ऑर्डर सुनाउण डे आ, इहदा मतलब इह सीधे तौर ते धमकी आ पंज प्यारियां नूं वी जे तुसीं इस काम चाहे तां मैं नौकरीओं कढ़ांगा, इहो ही आ ना। दूसरी गल जे हित इन्ना ही सियाणा वा इन्ना समझदार है और बजुर्ग ने बहुत समझ रखते ने ते भाई साहब उन्हों बचाउण ते कोई लगे ने, जे उन्हों 15 दिन लई महीने वास्ते छुट्टी दे भेज सकदे ने वी तूं तखत दी कोई सेवा नहीं करनी, उन्हों लंबी छुट्टी दे भेज देण, लंबी छुट्टी दे भेज देण, उह चोपड़ा उह बंद कर जावे असीं आपे बंद हो जांगे। गल ते इन्नी तां वी शांत हो सकदी आ, फैसला भावें बाद च होवे, पर मैं तेरा गल मुक्केगी किवें मैनूं इह दस्सो, मैं मकाउणा चाहुंदा गल नूं, गल किवें मुक्केगी किवें इह दस्सो। मुक्केगी गल इह है कि गौर तख्त दा जथेदार नहीं रहेगा, कोई लग जे नहीं रहेगा, नहीं रहेगा, कौम एक पासे होगी। मैं वेखो कृपान वाला मुद्दा खत्म कर दोगे, मैं कहा कृपान का मुद्दा ही खत्म, मैं इथों तक है ये सवा शेर की कहिंदे आ दो शेर की श्री साहब लैके जावांगा, ये तो एक की गल करदे दो शेर की श्री साहब लैके जावांगा, तुसीं तां इन्नी गल कहिंदे हो साडे अंदर चा चढ़िया पिया वी असीं गुरु गोबिंद सिंह दे स्थान दे अंदर सोना लवाईए द्वारां दे उत्ते, दुनिया वेखे भी सिख कौम किहो जी आ, इन्होंने अपने गुरु दे गुरु गोबिंद सिंह पातशाह दे जिथे जन्मया उत्थे अंदर सोना लवाता होया सारे। एक गुमड़ जिहड़ा ना उत्थे सोना चाढ़ना होवे जिहड़ा उपर वड्डा गुमड़ हुंदा उत्थे 25 किलो सोना लगता है एक गुमड़ दे उपर, एक गुमड़ दे उपर पंज सिर, हां पंज नहीं ज्यादा लग गया 25 किलो, मैं कहना 25 किलो लगता है एक वड्डा गुमड़ है उत्थे, ठीक है जी चार छोटे गुमड़ ने, साडा ते कुछ भी नहीं लगता, मैं ऐसे ही कराई सी कुछ भी नहीं तानू 25 किलो सोना कुछ भी नहीं लगता पिया, गुरु गोबिंद सिंह दा घर है किहड़ी गल करदे 25 किलो, गरीब गरीब बंदा ना जिन्हें धी ब्याहुणी होवे ते जदों उहनूं छोड़ा आ जावे कोई टूम छल्ला लैणा पवे उहनूं पुछ के वेखो की हुंदा है, इह समरा साहिब वास्ते कुछ नहीं गा भाजी, समरा कुछ नहीं है, समरे दे कुछ नहीं पल्ले, जिहड़ा खंडा ब्रह्मंडा दा मालक बैठा ना गुरु रामदास पातशाह उह कदी उहदे चरणां 'च बहि के दा वेखो, कदी उहदे हो के दा वेखो, मैं ना तुसीं दस कि तुहानूं मैं इन्नी गल दावे नाल कहिंदा कदी मंगना भी नहीं पऊगा कि पातशाह कृपा कर मैनूं आ, एड्डा वड्डा मुद्दा आया है एडियां सेवावां कीतियां ने तुसीं कहिंदे वी मेरे ते गुरु साहिब दी कृपा, और कोई भी जथेदार तख्तां दे जथेदार तुहाडे हक च बयान नहीं दित्ता किसी ने, वेखो जी उह की करन, ना उधर दे रहे ने ना उधर दे रहे ने, तख्तां ते साइलेंट वेखण डए ने भी इह की गल आ की करिए हुण की ना करिए, तख्तां दे जथेदार बेचारे वेखण डए ने क्यों, इह गौर इक इन्ना माड़ा आदमी है इन्हें पता नहीं कह की देना, इन्हें बोल की पैना भी किसी दिन गलबात दी रिकॉर्डिंग भी जनतक हो सकदी है, रिकॉर्डिंग ते एक पासे गल रह गई, इहनूं जिहड़े रणजीत सिंह जथेदार ने दिल्ली बंगला साहब दिल्ली दे उन्हां कहा हित हट सॉरी रणजीत सिंह हट जा, हट जा इस गल तों बाजेगा कौम की इज्जत बाजेगी, हाँ। तू होर नहीं कुछ करना तो चुप करके साइलेंट हो जा, कह जी मैं सेवावां अजे छड्डियां, ठीक है मैं सेवावां अजे नहीं निभावांगा, जदों वाले कृपा करेगा उदों निभा लांगा, तू सारियां गल्लां छड्ड तू इदां कर ला, भी जिनी देर तक दोष मुक्त नहीं हो जाते, मैं ना नाम दोष नहीं हो कहिंदा, मैं इत्थों तक इहनूं कहा भी तू इदां कर चुप करके बैठ के ते नाल सिर्फ तीन अखरां 'च बयान दे दे भी इह वाद वाद चलदा पिया पातशाह तखत की गल चलती पई है तो मैं बिल्कुल ना बोलना तो ना अज तो बाद सेवा निभानी है, मैं तो जिथे मर्जी पातशाह के घर सेवा कर लिया करांगा पाठ कर लिया करांगा, ये जिन्ना चिर तक मामला बिल्कुल खत्म नहीं हो जाता मैं उन्ना चिर तक जिहड़ा हैगा वा उत्थे नहीं जाना हैगा, भाई साहब अगले दिन ही सारे बोलना बंद कर देना ही, अगले दिन ही सारे ने चुप कर जाना सी, ना तुहाडा इंट्रस्ट रहना ही ना पबलिक का इंट्रस्ट रहना ही, साडा कहना ही अहीं कहना ठीक हो गया, बड़े औखे छड्डने।
वो गुरु रामदास पातशाह कृपा करे तो तद आ नहीं तो ये कुर्सियों जफ्फे मार मार बैठे ने नौ नौ दस दस गनमैन रखे ने बड़ा हंकार हों तीन चीज़ों का एक पैसा एक कुर्सी और एक हथियार और पैसे वाला पैसे वाले तो अंति कोई नहीं किसे कोले गौर दे कोले होर कहे दी गल करन डए जे उन्होंने मेरी इंटरव्यू दे विच क्या कहंदे प्रचार करदे हो पंजाब किथे आ ओ कहंदे मैं ते करोड़ों रुपया वेखिया ने उन्होंने ये गल कही है मैं वेखिया दी गल करदे जे अब मैं तन्नू हुणे मेरे को ना आउण वाला ही अज कौन जिहड़ा कैनेडा तो 5-5 रुपये दे साइन करके पैसे लेंदा सी आहो 10-10 रुपये वाला 10-10 रुपये वाला हां जी किन्ने ने इकट्ठे कीते आ इत्थे किन्ने इकट्ठे कीते आ जिहड़े मेरे को लाया ओही गिण लो लिस्ट बणी पई गिण लो किन्ने लाए ने ते बाकी सिख किन्ने इहो जे गल्लां इहो जिहियां चापलूसी वालियां दसदा वा कि जिहड़ा सिख खास करके गहराई विच ने हर बंदा नहीं हो सकदा गहराई दे विच जां मैं नहीं कहिंदा क्यों दिंदे रहे फिर सवाल थोड़े ते भी है ना जी तुसीं इहने फिर जसदार नूं क्यों दिंदे रहे रुपये अच्छा सत्कार पाई गए सत्कार दे विच ते हुण एकदम सत्कार किवें मुक जदों सारीआं करतूतां सामणे आ गईआं मैं मखू साहब जी तुहाडे दाड़े दा सत्कार करांगा तुहाडा सिक्खी सरूप दा सत्कार करांगा कोई भी सिख मिलदा है ते असीं उहनूं जाके हथ जोड़ के मिल पैंदे असीं की वेख्या असीं जथेदारी वेखी है असीं मस्कीन जी दा नाम देखिया जदों मस्कीन जी दा नाम देखिया ये बड़े महान होणगे मस्कीन दा जीवन बहुत गहरा सी उन्हां दे कोल किताबी नहीं उन्हां दे कोल अंदरूनी ज्ञान सी अनुभव सी सारा इहदे कोल अनुभव दे चीज़ लागों दी भी नहीं लंघी इहनूं पता नहीं अनुभव हुंदा की है अनुभव किवें चलदा मैंने दो वारी ना अनुभव से कोशिश की सवाल पूछण की इन जवाब ही नहीं आया कि शब्द जरा कि होंगे किमें इंट्री होंगी है की हों वा की पोजिशन होंदिया ने किदा कि होंगी है असी कि उत्थे कोई अनुभव ही सी अं मस्कीन जी को सुनिया सी और अं विद्वान तो है नहीं अं तो मस्कीन जी को सुनिया पुछ लिया इनू जो इन पुछा कोई जवाब ही है नहीं जी नवे नवे काम करता है नवी नवी चीजा करता है नवी मर्यादा बनाबान हूँ इस मसले लगता है भी इस महीने के हल कर देंगे मैं ना गुरु पातशाह जड़ा ना गुरु गोबिंद सिंह पातशाह खेड़ वरताएगा यदी मिट्टी च रोलेगा और सिख कौम की इज्जत उपर लैके जाएगा और इनू तख्त तो ला के सुटेगा ये सम्राणी कहिंदा गुरु गोबिंद सिंह पातशाह करेगा मैनू माण है अपने प्यो दे उत्ते जी मैनू माण है गुरु गोबिंद सिंह पातशाह दे ओ किन्नू हुंदा कौन अड़दा जी